ਇਹ ਸਭ ਦੇ ਦਰਮਿਆਨ ਇੱਕ ਧਰਨਾ ਚੱਲ ਰਿਹਾ ਪੰਜਾਬ ਦੇ ਵਿੱਚ, ਉਹਦੇ ਵੱਲ ਗੌਰ ਨਹੀਂ ਜਾਂਦਾ ਸਾਡੀ ਮਾਨ ਸਰਕਾਰ ਦਾ। ਉਹ ਸਰਕਾਰ ਜਿਹਦੀ ਪਾਰਟੀ ਦੀ ਹੋਣ ਧਰਨਿਆਂ 'ਚੋਂ ਜਨਮੀ ਹੋਵੇ, ਉਹਨਾਂ ਨੂੰ ਕਾਲੀਆਂ ਪੱਗਾਂ ਤੋਂ ਵੀ ਡਰ ਲੱਗਣ ਲੱਗ ਜਾਵੇ, ਕਾਲੇ ਝੱਗਿਆਂ ਤੋਂ ਵੀ ਡਰ ਲੱਗਣ ਲੱਗ ਜਾਵੇ, ਕਿਸਾਨੀ ਝੰਡਿਆਂ ਤੋਂ ਵੀ ਡਰ ਲੱਗਣ ਲੱਗ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਹਿਸ਼ ਦੇ ਬਾਹਰ 13 ਦਿਨ ਤੋਂ ਧਰਨਾ ਚੱਲ ਰਿਹਾ ਹੋਵੇ ਅਤੇ ਮਾਨ ਸਾਹਿਬ ਹਾਲ ਹੀ ਨਹੀਂ ਪੁੱਛਦੇ, ਤੁਸੀਂ ਤਾਂ ਕੀ ਮੰਨੀਏ? ਜਥੇਦਾਰ ਸਾਹਿਬਾਨ ਦਾ ਰਾਜ ਰਿਹਾ, ਅਕਾਲੀ ਦਲ ਦਾ ਰਾਜ ਰਿਹਾ, ਹੈ ਮਹਾਰਾਜਾ ਪਟਿਆਲਾ ਕਹਾਉਣ ਵਾਲਿਆਂ ਦਾ ਰਾਜ ਰਿਹਾ, ਅਤੇ ਪੰਜਾਬ ਦੇ ਵਿੱਚ ਕਿਸਾਨੀ ਦੀ ਸਥਿਤੀ ਨਹੀਂ ਸੁਧਰੀ। ਬਾਦਲ ਕਹਿੰਦੇ ਅਸੀਂ ਪੇਂਡੂ ਪੱਖੀ ਕਿਸਾਨ ਪੱਖੀ ਹਾਂ, ਕੈਪਟਨ ਕਹਿੰਦਾ ਮੈਂ ਸਭ ਤੋਂ ਵੱਧ ਕਿਸਾਨਾਂ ਦਾ ਹੇਜ ਆਉਂਦਾ ਮੈਨੂੰ, ਹੈ ਭਗਵੰਤ ਮਾਨ ਕਹਿੰਦਾ ਮੈਂ ਤਾਂ ਹੈ ਹੀ ਪਿੰਡਾਂ ਦਾ ਦੇਸੀ ਮੁੰਡਾ, ਅਤੇ ਪਰ ਕਿਸਾਨਾਂ ਦੇ ਧਰਨੇ ਮੁਜ਼ਾਹਰੇ ਉਵੇਂ ਹੀ ਜਾ ਰਹੀਆਂ ਜਿਵੇਂ ਉਹਨਾਂ ਦੇ ਰਾਜ ਸੀ। 13 ਦਿਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਚੱਲ ਰਿਹਾ ਹੋਵੇ ਅਤੇ ਮਾਨ ਸਾਹਿਬ ਤੁਸੀਂ ਪੁੱਛੋ ਹੀ ਨਾ, ਕੀ ਮੰਨੀਏ? ਫਿਰ ਜੋਗਿੰਦਰ ਸਿੰਘ ਅਗਰਾਹਾਂ ਦੀ ਜਥੇਬੰਦੀ ਵੱਲੋਂ ਪੰਜਾਬ ਦੇ ਕਿਸਾਨੀ ਮਸਲਿਆਂ ਨੂੰ ਲੈ ਕੇ, ਚਾਹੇ ਉਹ ਪਾਣੀਆਂ ਦਾ ਮਸਲਾ, ਚਾਹੇ ਉਹ ਪਰਾਲੀ ਦਾ ਮਸਲਾ, ਚਾਹੇ ਉਹ ਮੂੰਗੀ ਦਾ ਮਸਲਾ, ਚਾਹੇ ਗੁਲਾਬੀ ਸੁੰਡੀ ਦਾ ਮਸਲਾ, ਚਾਹੇ ਚਿੱਟੀ ਮੱਖੀ ਦਾ ਮਸਲਾ, ਚਾਹੇ ਲੰਪੀ ਸਕਿਨ ਦਾ ਮਸਲਾ, ਚਾਹੇ ਜੀਰੇ ਵਾਲੀ ਫੈਕਟਰੀ ਵਾਲਾ ਮਸਲਾ, ਹੈ ਕਿੰਨੇ ਹੀ ਮਸਲੇ ਨੇ ਜਿਹਨੂੰ ਲੈ ਕੇ ਧਰਨਾ ਜਾਰੀ ਹੈ, ਅਤੇ ਉਹਨਾਂ ਦੇ ਉੱਤੇ ਤੁਹਾਡੇ ਨਾਲ ਮੀਟਿੰਗ ਹੋ ਚੁੱਕੀ ਹੈ, ਤੁਸੀਂ ਤਾਂ ਵੀ ਗੌਰ ਨਹੀਂ ਕਰਦੇ, ਅਤੇ ਉੱਥੇ ਕਿਸਾਨ ਜਾਬਤੇ 'ਚ ਬੈਠੇ ਨੇ, ਬੀਬੀਆਂ, ਬੱਚੇ, ਬਜ਼ੁਰਗ, ਸੱਪ ਦੇ ਡੰਗਣ ਵਾਲੇ ਕਿਸਾਨ ਦੀ ਮੌਤ ਹੋ ਗਈ, ਤੁਸੀਂ ਉਸ ਪਰਿਵਾਰ ਨਾਲ ਦੁੱਖ ਤੱਕ ਨਹੀਂ ਸਾਂਝਾ ਕਰਦੇ, ਹੈ ਉਸਦੇ ਪਰਿਵਾਰ ਨੂੰ ਕੋਈ ਰਾਹਤ ਰਾਸ਼ੀ ਨਹੀਂ, ਕੋਈ ਪਰਿਵਾਰ ਦੀ ਨੌਕਰੀ ਨਹੀਂ, ਕੋਈ ਉਹਨਾਂ ਦਾ ਕਰਜ਼ਾ ਮਾਫੀ ਨਹੀਂ, ਅਤੇ ਫਿਰ ਕੀ ਮੰਨੀਏ ਕਿ ਕਿਸਾਨਾਂ ਨੇ, ਅਗਰਾਹਾਂ ਦੀ ਜਥੇਬੰਦੀ ਨੇ ਸੰਗਰੂਰ ਨੂੰ ਟਿੱਕਰੀ ਬਾਰਡਰ 'ਚ ਬਦਲ ਦਿੱਤਾ ਹੈ, ਸੰਗਰੂਰ ਨੂੰ ਸਿੰਘੂ ਬਾਰਡਰ 'ਚ ਬਦਲ ਦਿੱਤਾ ਹੈ, ਅਤੇ ਭਗਵੰਤ ਮਾਨ ਜੀ ਤੁਸੀਂ ਮੋਦੀ 'ਚ ਤਾਂ ਨਹੀਂ ਵੱਟ ਗਏ ਕਿਤੇ? ਬਿਲਕੁਲ, ਕੀ ਮਾਨ ਨਰਿੰਦਰ ਮੋਦੀ ਵਾਲੀ ਭੂਮਿਕਾ 'ਚ ਆ ਗਏ ਨੇ ਕਿ ਬੈਠੇ ਰਹੋ ਦਿੱਲੀ ਸਿੰਘੂ ਕੁੰਡਲੀ ਬਾਰਡਰ 'ਤੇ, ਕੋਈ ਪਰਵਾਹ ਨਹੀਂ, 385 ਦਿਨ ਕਿਸਾਨ ਬੈਠੇ, 700 ਵੱਧ ਜਾਨ ਗਈ, ਅਤੇ ਮੋਦੀ ਜੀ ਅਬਾਨੀ ਅਡਾਨੀਆਂ ਦਾ ਪੋਤਾ ਦੇਖਣ ਜਾ ਰਹੇ ਨੇ ਕਹਿੰਦੇ, ਅਤੇ ਕਿਸਾਨਾਂ ਦੀ ਫਿਕਰ ਹੀ ਨਹੀਂ, ਅਤੇ ਉਸੇ ਹਾਲ ਦੇ ਵਿੱਚ ਮਾਨ ਸਾਹਿਬ ਤੁਸੀਂ ਤਾਂ ਨਹੀਂ ਆ ਗਏ। ਸੋ ਇਸ ਲਈ ਜੇਕਰ ਸੰਗਰੂਰ ਤੁਹਾਨੂੰ ਸਿੰਘੂ ਟਿੱਕਰੀ ਲੱਗਦਾ ਤਾਂ ਤੁਸੀਂ ਮੋਦੀ ਵਾਲੀ ਭੂਮਿਕਾ 'ਚ ਨਾ ਆਓ, ਮਾਸਟਰ ਜੀ ਦੇ ਮੁੰਡੇ ਹੋ, ਉਸ ਮੁੰਡੇ ਵਾਲੀ ਭੂਮਿਕਾ 'ਚ ਆਓ, ਪੰਜਾਬ ਦੇ ਆਮ ਹੋ, ਆਮ ਬਣ ਕੇ ਰਹੋ, ਖਾਸ ਉਡਾਰੀਆਂ ਲਈ ਜਹਾਜ਼ ਖਰੀਦਣ ਦੀ ਲੋੜ ਨਹੀਂ। ਸੋ ਵਿਵਾਦ ਨੇ ਜਿਹੜੇ ਉਹ ਤੁਹਾਡਾ ਪਿੱਛਾ ਨਹੀਂ ਛੱਡਦੇ, ਅਤੇ ਜਿਹੜੇ ਤੁਹਾਡੇ ਦਰ 'ਤੇ ਫਰਿਆਦ ਲੈ ਕੇ ਖੜ੍ਹੇ ਨੇ ਉਹ ਤੁਹਾਨੂੰ ਨਜ਼ਰ ਹੀ ਨਹੀਂ ਆਉਂਦੇ, ਤਾਂ ਕੀ ਕਹੀਏ? ਸੰਗਰੂਰ ਬਣਿਆ ਟਿੱਕਰੀ ਬਾਰਡਰ, ਸੰਗਰੂਰ ਬਣਿਆ ਸਿੰਘੂ ਬਾਰਡਰ, ਅਤੇ ਮਾਨ ਸਾਹਿਬ ਬਣੇ ਮੋਦੀ। ਵਾਹ ਜੀ ਵਾਹ। ਤੁਸੀਂ ਜੁੜੇ ਰਹੋ ਲਿਬਰਲ ਟੀਵੀ ਦੇ ਨਾਲ, ਲੋਕਾਂ ਦੀ ਆਵਾਜ਼ ਲੋਕਾਂ ਦੀ।